ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਪ੍ਰੀਤ ਮਲਕਪੁਰੀ। ਸੋ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਆਪਾਂ ਹੁਣ ਚੱਲੇ ਹਾਂ ਹਜ਼ੂਰ ਸਾਹਿਬ ਤੋਂ ਵਾਪਸ, ਅਤੇ ਮਨਬਾਹਰ ਗੁਰਦੁਆਰਾ ਸਾਹਿਬ ਆ, ਉੱਥੇ ਜਾ ਕੇ ਰੁਕਾਂਗੇ ਨਾਲ। ਹੋਰ ਵੀਰ, ਕਿੱਦਾਂ ਦਾ ਲੱਗਾ ਹਜ਼ੂਰ ਸਾਹਿਬ ਆਣ ਕੇ? ਬਹੁਤ ਵਧੀਆ ਨਜ਼ਾਰਾ, ਬਹੁਤ ਵਧੀਆ ਹੋਣਾ ਚਾਹੀਦਾ। ਓਕੇ, ਠੀਕ ਹੈ, ਚਲੋ ਹੁਣ ਚੱਲਦੇ ਹਾਂ ਆਪਾਂ। ਆਪਾਂ ਕਮਰੇ ਤੋਂ ਬਾਹਰ ਆ ਚੁੱਕੇ ਹਾਂ ਸਰਾਵਾਂ ਤੋਂ, ਤੁਸੀਂ ਵੇਖ ਸਕਦੇ ਹੋ ਬਾਹਰ ਦਾ ਮਾਹੌਲ ਚੱਲ। ਆਪਾਂ ਹੁਣ ਸਟੇਸ਼ਨ ਤੇ ਪਹੁੰਚ ਚੁੱਕੇ ਹਾਂ ਤੇ ਆਪਣੀ ਟ੍ਰੇਨ ਵੇਖਦੇ ਹਾਂ ਕਿਹੜੀ ਸਾਈਡ ਤੇ ਲੱਗੀ ਹੋਈ ਹੈ। ਆਪਾਂ ਪਹੁੰਚ ਚੁੱਕੇ ਹਾਂ ਸਟੇਸ਼ਨ ਤੇ, ਇਹ ਆਪਣਾ ਡੱਬਾ ਵਾ ਸਾਹਮਣੇ ਲੱਗਾ ਹੋਇਆ। ਸੋ ਇੱਥੋਂ ਆਪਾਂ ਜਾਵਾਂਗੇ ਮਨਮਾੜ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਰਸਤੇ ਦੇ ਵਿੱਚ ਜਿਹੜਾ ਹੁੰਦਾ। ਆਪਣੀ ਟ੍ਰੇਨ ਜਿਹੜੀ ਆ ਹੁਣ ਚੱਲ ਚੁੱਕੀ ਹੈ, ਦੁਬਾਰਾ ਆਪਾਂ ਰੁਕਾਂਗੇ ਮਨਮਾੜ, ਉੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਫਿਰ ਆਪਾਂ ਜਾਵਾਂਗੇ ਗਵਾਲੀਅਰ। ਮਨਮਾੜ ਤੋਂ ਜਾਵਾਂਗੇ ਆਪਾਂ ਗਵਾਲੀਅਰ। ਆਪਾਂ ਹੁਣ ਉਤਰ ਚੁੱਕੇ ਹਾਂ ਮਨਮਾੜ ਸਟੇਸ਼ਨ ਤੇ। ਆਪਾਂ ਹਜ਼ੂਰ ਸਾਹਿਬ ਤੋਂ ਵਾਪਸ ਨੰਦੇੜ ਸਟੇਸ਼ਨ ਤੋਂ ਬੈਠੇ ਸੀ ਤੇ ਹੁਣ ਮਨਮਾੜ ਸਟੇਸ਼ਨ ਤੇ ਉਤਰ ਗਏ ਹਾਂ ਤੇ ਨੇੜੇ ਗੁਰਦੁਆਰਾ ਸਾਹਿਬ ਆ, ਉੱਥੇ ਆਪਾਂ ਜਾਵਾਂਗੇ ਹੁਣ। ਜਦੋਂ ਪੰਜਾਬ ਤੋਂ ਸੰਗਤਾਂ ਹਜ਼ੂਰ ਸਾਹਿਬ ਆਉਂਦੀਆਂ ਨੇ ਤੇ ਮਨਮਾੜ ਸਟੇਸ਼ਨ ਤੇ ਲੰਗਰ ਲਗਾਇਆ ਜਾਂਦਾ ਹੈ। ਇੱਥੇ ਸਾਹਮਣੇ ਗੁਰਦੁਆਰਾ ਸਾਹਿਬ ਹੈ, ਗੁਪਤਸਰ ਸਾਹਿਬ। ਸੋ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ। ਇਹ ਗੁਰਦੁਆਰਾ ਸ਼੍ਰੀ ਗੁਪਤਸਰ ਸਾਹਿਬ ਹੈ, ਇਹ ਮੇਨ ਐਂਟਰੀ ਗੇਟ ਹੈ ਗੁਰਦੁਆਰੇ ਸਾਹਿਬ ਦਾ। ਸੋ ਅੰਦਰੋਂ ਜਾ ਕੇ ਤੁਹਾਨੂੰ ਵਿਖਾਉਂਦੇ ਹਾਂ, ਦਰਸ਼ਨ ਕਰਾਉਂਦੇ ਹਾਂ। ਇਹ ਗੁਰਦੁਆਰੇ ਸਾਹਿਬ ਤੋਂ ਲੰਗਰ ਦੀ ਸੇਵਾ ਜਿਹੜੀ ਸਟੇਸ਼ਨ 'ਤੇ ਚੱਲਦੀ ਹੈ ਨਿਰੰਤਰ 40-50 ਸਾਲ ਤੋਂ ਚੱਲਦੀਆਂ ਆ ਰਹੀਆਂ ਨੇ। ਇਹ ਗੁਰਦੁਆਰੇ ਸਾਹਿਬ ਤੋਂ ਲੰਗਰ ਜਿਹੜਾ ਵਾ ਜਾਂਦਾ ਵਾ। ਇਹ ਗੁਰਦੁਆਰੇ ਸਾਹਿਬ ਦੀਆਂ ਸਰਾਵਾਂ ਹੈ, ਇੱਥੇ ਤੁਸੀਂ ਰਹਿ ਸਕਦੇ ਹੋ ਅਤੇ ਸਾਹਮਣੇ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਤੁਸੀਂ। ਆਪਾਂ ਹੁਣ ਪਹੁੰਚ ਚੁੱਕੇ ਹਾਂ ਗੁਰਦੁਆਰਾ ਗੁਪਤਸਰ ਸਾਹਿਬ, ਮਨਮਾੜ ਸਟੇਸ਼ਨ ਦੇ ਨਾਲ ਹੀ ਥੋੜ੍ਹੇ ਕੁਝ ਕਿਲੋਮੀਟਰ ਦੂਰੀ 'ਤੇ ਗੁਰਦੁਆਰਾ ਸ਼੍ਰੀ ਗੁਪਤਸਰ ਸਾਹਿਬ ਹੈ। ਹੁਣ ਤੁਹਾਨੂੰ ਅੰਦਰੋਂ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ। ਸਾਰੀ ਵੀਡੀਓ ਨੂੰ ਜ਼ਰੂਰ ਵੇਖਣਾ ਐਂਡ ਤੱਕ, ਅਤੇ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਹੁਣ ਆਪਾਂ ਉੱਪਰ ਚੱਲਦੇ ਹਾਂ, ਦਰਸ਼ਨ ਕਰਦੇ ਹਾਂ ਅੰਦਰੋਂ ਗੁਰਦੁਆਰਾ ਸਾਹਿਬ ਦੇ। ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ। ਹੁਣ ਆਪਾਂ ਚੱਲਦੇ ਹਾਂ ਮਨਮਾੜ ਤੋਂ ਸਿੱਧਾ ਡਾਂਬਰਾ ਸਟੇਸ਼ਨ। ਹੁਣ ਆਪਾਂ ਜਾ ਰਹੇ ਹਾਂ ਮਨਮਾੜ ਸਟੇਸ਼ਨ ਤੋਂ ਸਿੱਧਾ ਡਾਂਬਰਾ ਸਟੇਸ਼ਨ। ਸੋ ਉੱਥੇ ਜਾ ਕੇ ਪਹੁੰਚ ਕੇ ਤੁਹਾਡੇ ਨਾਲ ਕਰਦੇ ਹਾਂ ਗੱਲਬਾਤ। ਸਾਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਤਾਂ ਤੁਹਾਨੂੰ ਨਾਲ ਨਾਲ ਦੱਸਦੇ ਜਾਵਾਂਗੇ ਕਿੱਥੋਂ ਕਿੱਥੇ ਅਸੀਂ ਜਾ ਰਹੇ ਹਾਂ। ਸੋ ਸਾਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਅਤੇ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਹੁਣ ਅਸੀਂ ਪਹੁੰਚ ਚੁੱਕੇ ਹਾਂ ਡਾਂਬਰਾ ਸਟੇਸ਼ਨ ਤੇ, ਇੱਥੋਂ ਜਾਵਾਂਗੇ ਸਿੱਧਾ ਗਵਾਲੀਅਰ। ਸੋ ਆਪਾਂ ਪਹੁੰਚ ਚੁੱਕੇ ਹਾਂ ਗਵਾਲੀਅਰ, ਤੁਹਾਨੂੰ ਦਰਸ਼ਨ ਕਰਵਾਵਾਂਗੇ ਅੰਦਰੋਂ ਕਿਲੇ ਦੇ ਤੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਤੇ ਉਹਦੇ ਵੀ ਤੁਹਾਨੂੰ ਸਾਰੇ ਦਰਸ਼ਨ ਕਰਵਾਵਾਂਗੇ। ਸੋ ਜੁੜੇ ਰਹੋ, ਸਾਡੀ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਵੇਖਣਾ। ਹੁਣ ਕਿਲੇ ਦੀ ਚੜ੍ਹਾਈ ਚੜ੍ਹ ਰਹੇ ਹਾਂ ਤੇ ਇੱਧਰ ਟੈਂਪੂ ਜਿਹੜੇ ਆ ਚੜ੍ਹਾਈ ਦੇ ਨਹੀਂ ਚੜ੍ਹਦੇ, ਬਹੁਤ ਮੁਸ਼ਕਲ ਚੜ੍ਹਦੇ ਆ। ਤੁਹਾਨੂੰ ਵਿਖਾਉਂਦਾ ਵਾਂ ਅੱਗੋਂ ਮੈਂ ਸਾਰੀ ਚੜ੍ਹਾਈ ਜਿਹੜੀ ਆ। ਇਹ ਜਿਹੜੀ ਚੜ੍ਹਾਈ ਆ 1-2 ਕਿਲੋਮੀਟਰ ਉੱਤੇ ਚੜ੍ਹਨੀ ਪੈਂਦੀ ਹੈ, ਤਾਂ ਉਹਨੂੰ ਸ਼ਾਇਦ ਇਸ ਤੋਂ ਵੱਧ ਵੀ ਹੋਵੇ। ਰਸਤੇ ਦੇ ਵਿੱਚ ਆ ਮੂਰਤੀਆਂ ਲੱਗੀਆਂ ਹੋਈਆਂ ਨੇ, ਉਹ ਇਹ ਵੇਖ ਸਕਦੇ ਤੁਸੀਂ ਸਾਰੀ ਇਹ ਚੜ੍ਹਾਈ ਆਪਾਂ ਤਾਂ ਚੜ੍ਹ ਕੇ ਆਏ ਹਾਂ। ਥੱਲੇ ਜਿੰਨੀ ਵੀ ਚੜ੍ਹਾਈ ਸੀ ਉਹ ਸਾਰੀ ਤਾਂ ਨੂੰ ਆਪਾਂ ਚੜ੍ਹ ਕੇ ਆਏ ਹਾਂ ਤੇ ਚੜ੍ਹ ਰਹੇ ਹਾਂ ਚੜ੍ਹਾਈ ਤਾਂ ਨੂੰ। ਹੁਣ ਆਪਾਂ ਉੱਪਰ ਚੜ੍ਹਾਈ ਚੜ੍ਹ ਕੇ ਆ ਚੁੱਕੇ ਹਾਂ ਤੇ ਇੱਥੇ ਗੁਰਦੁਆਰਾ ਸਾਹਿਬ ਹੈ ਦਾਤਾ ਬੰਦੀ ਛੋੜ। ਸੋ ਇੱਥੇ ਰਾਤ ਰਵਾਂਗੇ ਤੇ ਆਪਾਂ ਮਿਲਦੇ ਹਾਂ ਕੱਲ ਮਾਰਨਿੰਗ ਟਾਈਮ, ਕਰਦੇ ਹਾਂ ਤੁਹਾਡੇ ਨਾਲ ਗੱਲਬਾਤ। ਚਾਲੇ ਸਵੇਰੇ ਕਿਲੇ ਨੂੰ